ਗਿੱਦੜਵਾਹਾ ਰੇਲਵੇ ਸਟੇਸ਼ਨ ਤੋਂ ਅੱਜ FOB ਹੇਠ ਬੇਸੁੱਧ ਹਾਲਤ ਦੇ ਵਿਚ ਮਿਲੇ ਇਕ ਅਣਪਛਾਤੇ ਵਿਅਕਤੀ ਦੀ ਗਿੱਦੜਵਾਹਾ ਸਿਵਲ ਹਸਪਤਾਲ ਵਿਖੇ ਇਲਾਜ ਦੇ ਦੌਰਾਨ ਮੌਤ ਹੋ ਗਈ ਹੈ। ਇਸ ਮੌਕੇ ਦੇ ਉੱਤੇ ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਿਸ ਦੇ HC ਸੁਰਿੰਦਰ ਸਿੰਘ ਅਤੇ HC ਪਰਮਪਾਲ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਸਥਾਨਕ ਸਟੇਸ਼ਨ ਦੇ ਪਲੇਟਫਾਰਮ ਨੰਬਰ 1 ਦੇ ਉੱਤੇ FOB ਹੇਠ ਇਕ ਅਣਪਛਾਤਾ ਵਿਅਕਤੀ ਬੇਹੋਸ਼ੀ ਦੀ ਹਾਲਤ ਦੇ ਵਿਚ ਮਿਲਿਆ ਸੀ, ਜਿਸ ਨੂੰ ਸ੍ਰੀ ਵਿਵੇਕ ਆਸ਼ਰਮ ਦੇ ਸਮਿੰਦਰ ਸਿੰਘ ਮੰਗਾ ਅਤੇ ਬਾਬਾ ਕਲਿਆਣ ਦੇਵ ਦੀ ਮਦਦ ਦੇ ਨਾਲ ਗਿੱਦੜਵਾਹਾ ਦੇ ਸਿਵਲ ਹਸਪਤਾਲ ਵਿਖੇ ਪਹੁੰਚਾਇਆ ਗਿਆ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਖੇ ਉਕਤ ਵਿਅਕਤੀ ਦੇ ਇਲਾਜ ਦੇ ਦੌਰਾਨ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਵਿਅਕਤੀ ਦੀ ਜੇਬ ਦੇ ਵਿਚੋਂ ਕੋਈ ਵੀ ਅਜਿਹਾ ਕਾਗਜ਼ ਆਦਿ ਨਹੀਂ ਮਿਲਿਆ ਜਿਸ ਤੋਂ ਕਿ ਇਸ ਦੀ ਪਹਿਚਾਣ ਹੋ ਸਕੇ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਖੱਬੀ ਬਾਂਹ ਦੇ ਹਿੰਦੀ ਦੇ ਵਿਚ ਅਜੇ ਲਿਖਿਆ ਜਾਪ ਰਿਹਾ ਹੈ। ਉਨ੍ਹਾਂ ਦੱਸਿਆ ਕਿ ਫਿਲਹਾਲ ਮ੍ਰਿਤਕ ਦੀ ਲਾਸ਼ ਨੂੰ ਅਗਲੇ 72 ਘੰਟਿਆਂ ਦੇ ਲਈ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਖੇ ਰਖਵਾ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਰੇਲਵੇ ਸਟੇਸ਼ਨ ਗਿੱਦੜਵਾਹਾ ਇੱਕ ਬੰਦਾ ਬੇਹੋਸ਼ੀ ਦੀ ਹਾਲਤ ਚ ਪਿਆ ਸੀ, ਪ੍ਰਵਾਸੀ ਮਜ਼ਦੂਰ ਜੀ, ਤੇ ਅਸੀਂ ਵੀ ਪਲੇਟਫਾਰਮ ਤੇ ਜਾ ਕੇ ਜਦੋਂ ਉਸ ਜਗ੍ਹਾ ਤੇ ਦੇਖਿਆ ਤੇ ਉਹਦਾ ਮਤਲਬ ਸਾਹ ਵਗੈਰਾ ਚੱਲ ਰਿਹਾ ਸੀਗਾ। ਉਸ ਤੋਂ ਬਾਅਦ ਤੁਰੰਤ ਵਿਵੇਕ ਆਸ਼ਰਮ ਗਿੱਦੜਵਾਹਾ ਦੀ ਐਂਬੂਲੈਂਸ ਦੇ ਵਿਚ ਉਹਨੂੰ ਬੁਲਾਇਆ ਗਿਆ ਜੀ। ਉਸ ਤੋਂ ਲਿਜਾ ਕੇ ਉਹਨੂੰ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਜੀ, ਸਿਵਲ ਹਸਪਤਾਲ ਗਿੱਦੜਵਾਹਾ ਵਿਖੇ। ਉੱਥੇ ਉਹਦੀ ਘੰਟੇ ਬਾਅਦ ਫਿਰ ਇਲਾਜ ਦੌਰਾਨ ਮੌਤ ਹੋ ਗਈ ਜੀ। ਹੁਣ ਉਹਦੀ ਅੰਨਾ ਹੋਣਾ ਬੰਦਾ ਨਾਪਤਾ ਨਾਮ ਨੂਮ ਆ, ਪ੍ਰਵਾਸੀ ਮਜ਼ਦੂਰ ਆ ਜੀ ਜੀ, ਤੇ ਹੁਣ ਉਹਦੀ ਸ਼ਨਾਖਤ ਦੇ ਉਪਰਾਲੇ ਕਰ ਰਹੇ ਆ। ਜਿਹੜੀ ਲਾਸ਼ ਆ ਉਹਨੂੰ 72 ਘੰਟੇ ਵਾਸਤੇ ਮੋਰਚਰੀ ਚ ਰਖਾਤਾ ਸਿਵਲ ਹਸਪਤਾਲ ਗਿੱਦੜਵਾਹਾ ਵਿਖੇ, ਤੇ ਕਾਰਵਾਈ ਜਿਹੜੀ ਅੰਡਰ ਸੈਕਸ਼ਨ 174 CRPC ਦੀ ਉਹ ਅਮਲ ਵਿਚ ਲਿਆਂਗੀ ਜੀ। ਹਾਂਜੀ, ਕੁਦਰਤੀ ਮੌਤ ਆ, ਵੈਸੇ ਕੋਈ ਸ਼ੱਕ ਸ਼ੁਬਾ ਨਹੀਂ ਲੱਗ ਰਿਹਾ ਕਿਸੇ ਕਿਸਮ ਦਾ, ਤੇ ਕੋਈ ਕੁਦਰਤੀ ਬਿਮਾਰੀ ਕਾਰਨ ਹੀ ਮੌਤ ਹੋਈ ਜਾਪਦੀ ਹੈ। ਮਤਲਬ ਜਿਹੜੇ ਉਹਦੇ ਲਾਤ ਹੈਗੇ ਸਾਰੇ ਅੱਜ। ਗਿੱਦੜਵਾਹਾ ਤੋਂ ਸੋਨੀ ਢੱਲਾ ਦੀ ਰਿਪੋਰਟ।